ਪੁਲਿਸ ਵੱਲੋਂ ਲਗਾਤਾਰ ਸਮਾਜ ਭਲਾਈ ਦੇ ਉਪਰਾਲੇ ਕੀਤੇ ਜਾ ਰਹੇ ਨੇ। ਪਟਿਆਲਾ ਦੇ SSP ਮਨਦੀਪ ਸਿੰਘ ਸਿੱਧੂ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸਦਭਾਵਨਾ ਹਸਪਤਾਲ ਵਿੱਚ ਲਾਈਆਂ ਗਈਆਂ 2 ਡਾਇਸਿਸ ਮਸ਼ੀਨਾਂ ਦਾ ਉਦਘਾਟਨ ਕੀਤਾ। SSP ਸਿੱਧੂ ਨੇ ਓਬਰਾਏ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਮਾਨਵਤਾ ਦੀ ਸੇਵਾ ਕਰਨ ਵਿੱਚ ਓਬਰਾਏ ਵੱਧ ਚੜ੍ਹ ਕੇ ਕਾਰਜ ਕਰ ਰਹੇ ਨੇ। ਇਸ ਮੌਕੇ ਤੇ ਡਾਕਟਰ ਓਬਰਾਏ ਨੇ ਦੱਸਿਆ ਕਿ ਹੁਣ ਤੱਕ ਟਰੱਸਟ ਵੱਲੋਂ 150 ਡਾਇਲਸਿਸ ਮਸ਼ੀਨਾਂ ਲਗਾਈਆਂ ਜਾ ਚੁੱਕੀਆਂ ਨੇ। ਇਸ ਸਾਲ ਦੇ ਅੰਤ ਤੱਕ 200 ਮਸ਼ੀਨਾਂ ਲਗਾਉਣ ਦਾ ਟੀਚਾ ਟਰੱਸਟ ਵੱਲੋਂ ਮਿੱਥਿਆ ਜਾ ਚੁੱਕਿਆ ਹੈ। ਉਹਨਾਂ ਦੱਸਿਆ ਕਿ 20 ਡਾਇਲਸਿਸ ਮਸ਼ੀਨਾਂ ਮੌਰੀਸ਼ਸ ਵਿੱਚ ਭੇਜੀਆਂ ਜਾ ਰਹੀਆਂ ਨੇ। ਉੱਤਰੀ ਭਾਰਤ ਵਿੱਚ ਟਰੱਸਟ ਵੱਲੋਂ ਅਜਿਹੇ ਉਪਰਾਲੇ ਕੀਤੇ ਜਾ ਰਹੇ ਨੇ ਕਿ ਕਿਡਨੀ ਦੇ ਮਰੀਜ਼ਾਂ ਨੂੰ ਦੂਰ ਦੁਰਾਡੇ ਨਾ ਜਾਣਾ ਪਏ ਅਤੇ ਹਰ 25 ਕਿਲੋਮੀਟਰ 'ਤੇ ਡਾਇਲਸਿਸ ਦੀ ਸਹੂਲਤ ਮਿਲ ਸਕੇ।